ਬਿਲਕੁਲ ਇਹੋ ਹਾਲ ਇਲਮ ਦਾ ਹੈ ਵੀ ਅਸੀਂ ਅਗਰ ਆਖੀਏ ਨਾ ਸਾਰੀ ਦੁਨੀਆ ਆਲਮ ਬਣ ਜਾਏ ਮੁਹੱਕਿਕ ਬਣ ਜਾਏ ਤਾਂ ਬਿਲਕੁਲ ਗਲਤ ਗੱਲ ਹੈ ਕਿ ਅਨਨੈਚੁਰਲ ਬਾਤ ਹੈ ਜਿਹੜੀ ਲੋਕਾਂ ਦੇ ਤਖਲੀਕ ਕਰੋ ਜੀ ਤਕਲੀਦ ਨਾ ਕਰੋ ਇਹ ਤੋਂ ਜ਼ਿਆਦਾ ਬੇਹੂਦਾ ਜੁਮਲਾ ਕੋਈ ਨਹੀਂ ਜਿਸ ਤਰ੍ਹਾਂ ਹਰ ਸ਼ਖਸ ਤਬੀਬ ਨਹੀਂ ਹੋ ਸਕਦਾ ਇਲਾਜ ਵਾਸਤੇ ਸਾਨੂੰ ਡਾਕਟਰ ਮਾਲੀ ਦੀ ਜ਼ਰੂਰਤ ਹੈ ਹਰ ਆਦਮੀ ਵਕੀਲ ਨਹੀਂ ਹੋ ਸਕਦਾ ਮੁਕੱਦਮੇ ਲੜ ਲਈ ਸਾਨੂੰ ਵਕੀਲਾਂ ਦੀ ਤਰ੍ਹਾਂ ਰਜੂ ਕਰਨਾ ਪੈਂਦਾ ਇਸ ਤਰ੍ਹਾਂ ਹੀ ਇਲਮੇ ਦੀਨ ਜਿਹੜਾ ਹੈ ਜਾਂ ਕੋਈ ਵੀ ਇਲਮ ਦਾ ਸ਼ੋਭਾ ਉਹਦੇ ਜਿਹੜੇ ਉਹਦੇ ਸਪੈਸ਼ਲਿਸਟ ਆ ਮੁਤਖਸਿਸ ਲੋਕ ਆ ਜਿਹਨਾਂ ਨੇ ਉਮਰਾਂ ਗੁਜ਼ਾਰੀਆਂ ਉਹਨੂੰ ਸਿੱਖਣ ਉਹਨਾਂ ਦੀ ਤਰਫ ਜਾਣਾ ਪੈਂਦਾ ਇੱਕ ਫਿਤਰੀ ਬਾਤ ਹੈ ਇਹਦੇ ਖਿਲਾਫ ਜਿਹੜਾ ਆਦਮੀ ਆਉਂਦਾ ਬਿਲਕੁਲ ਦਿਮਾਗੀ ਹਸਪਤਾਲ ਜਾਣ ਦੇ ਲਾਇਕ ਅਨਪੜ੍ਹ ਆਦਮੀ ਤੈਨੂੰ ਆ ਕੇ ਮਸਲਾ ਪੁੱਛਦਾ ਤੂੰ ਨਾ ਤਹਕੀਕ ਕਰ ਇੰਨੇ ਜੋਗਾ ਹੁੰਦਾ ਤੇਰੇ ਕੋ ਕਿਉਂ ਆਇਆ ਔਰ ਤੇਰੇ ਕੋ ਪੁੱਛਣਾ ਹੀ ਦੱਸਦਾ ਤੇ ਤੇਰੇ ਤੇ ਉਹਨੇ ਇਤਮਾਦ ਕਰਨਾ ਇਸ ਤੋਂ ਕਿਸੇ ਮਾਹਿਰ ਫਨ ਤੇ ਇਤਮਾਦ ਤਕਲੀਦ ਦਿਖਾਉਂਦਾ ਕੋਈ ਬੁਰਾ ਲਫ਼ਜ਼ ਨਹੀਂ ਐਵੇਂ ਜਹਾਲਤ ਦੀ ਗੱਲ ਨਹੀਂ ਕਰਨੀ ਚਾਹੀਦੀ ਆਲਮ ਦੀ ਤਰਫ ਜਾਣਾ ਪੈਂਦਾ ਜਿਹੜਾ ਵੀ ਉਸ ਇਲਮ ਨੂੰ ਜਾਣਨ ਵਾਲਾ ਇਹ ਸਮਝੋ ਇੱਕ ਬਿਲਕੁਲ ਫਿਤਰੀ ਬਾਤ ਹੈ ਕਿ ਅੱਲਾਹ ਨੇ ਇਸ ਤਰ੍ਹਾਂ ਜੋੜਤਾ ਵੀ ਜਿਸ ਇਲਮ ਦੀ ਜ਼ਰੂਰਤ ਹੈ ਉਸ ਇਲਮ ਵਾਲੇ ਕੋਲ ਚਲੇ ਜਾਓ ਖਰਾਬੀ ਕਿੱਥੋਂ ਪੈਦਾ ਹੁੰਦੀ ਹੈ ਖਰਾਬੀ ਤਕਲੀਦ 'ਚ ਨਹੀਂ ਇਲਮ ਵਾਲੇ ਦੀ ਤਰਫ ਰਜੂ ਕਰਨਾ ਬੁਰਾਈ